ਤੇ ਦੇ ਨਾਲ ਹੀ ਅਸੀਂ ਲਾਈਵ ਤਸਵੀਰਾਂ ਦਿਖਾਵਾਂਗੇ ਜਿੱਥੇ ਸੀਨੀਅਰਸ ਦੀ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਬਿਪਿਨ ਰਾਵਤ ਦੇ ਨਾਲ ਜੁੜੀਆਂ ਹੋਈਆਂ ਤਸਵੀਰਾਂ ਨੇ, ਜਿੱਥੇ ਗਾਰਡ ਆਫ ਆਨਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਲਾਈਵ ਤਸਵੀਰਾਂ ਸਾਡੇ ਦਰਸ਼ਕ ਦੇਖ ਸਕਦੇ ਨੇ ਟੀਵੀ ਸਕਰੀਨ 'ਤੇ। ਇਹ ਲਾਈਵ ਤਸਵੀਰਾਂ ਨੇ ਜੋ ਦਰਸ਼ਕ ਜੀ ਪੰਜਾਬ ਰਾਣਾ ਹਿਮਾਚਲ ਦੇ ਨਾਲ ਹੁਣੇ ਜੁੜੇ ਨੇ, ਇਹ ਲਾਈਵ ਤਸਵੀਰਾਂ ਦੇਖ ਰਹੇ ਹੋ। ਚੀਫ ਆਫ ਡਿਫੈਂਸ ਸਟਾਫ ਦਾ ਕੰਮ ਸੈਨਾ ਨੂੰ, ਸੈਨਾ ਦੇ ਵਾਯੂ ਸੈਨਾ ਦੇ ਕੰਮਕਾਜ ਤੋਂ ਬਿਹਤਰ ਤਾਲਮੇਲ ਲਿਆਉਣਾ ਹੈ ਔਰ ਦੇਸ਼ ਦੀ ਸੈਨਿਕ ਤਾਕਤ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰਨਾ ਹੋਏਗਾ। ਔਰ ਇਹੀ ਮਕਸਦ ਨੂੰ ਲੈ ਕੇ ਬਿਪਿਨ ਰਾਵਤ ਦੀਆਂ ਪਿਛਲੀਆਂ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਇੱਕ ਹੋਰ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਹੁਣ ਸੌਂਪੀ ਜਾ ਰਹੀ ਹੈ। ਅੱਜ ਕਾਰਜਭਾਰ ਆਪਣਾ ਸੰਭਾਲਣ ਜਾ ਰਹੇ ਨੇ, ਉਹਨਾਂ ਦਾ ਦਫ਼ਤਰ ਜੋ ਹੈ ਕੌਮੀ ਰਾਜਧਾਨੀ ਦਿੱਲੀ ਸਥਿਤ ਸਾਊਥ ਬਲਾਕ ਦੇ ਵਿੱਚ ਹੋਏਗਾ। ਅਤੇ ਇਸਦੇ ਨਾਲ ਹੀ ਤਮਾਮ ਜ਼ਿੰਮੇਵਾਰੀਆਂ ਸੰਭਾਲਣ ਦੇ ਲਈ ਉਹ ਤਿਆਰ ਨੇ। ਦਿੱਲੀ ਤੋਂ ਲਾਈਵ ਜਨਰਲ ਬਿਪਿਨ ਰਾਵਤ, ਗਾਰਡ ਆਫ ਆਨਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਲਾਈਵ ਤਸਵੀਰਾਂ ਸਾਡੇ ਦਰਸ਼ਕ ਦੇਖ ਸਕਦੇ ਨੇ। ਦੱਸ ਦਈਏ ਕਿ ਜਨਰਲ ਬਿਪਿਨ ਰਾਵਤ ਆਪਣੇ 3 ਸਾਲ ਦੇ ਕਾਰਜਕਾਲ ਤੋਂ ਬਾਅਦ ਸੈਨਾ ਪ੍ਰਮੁੱਖ ਦੇ ਅਹੁਦੇ ਤੋਂ ਰਿਟਾਇਰ ਹੋ ਗਏ ਨੇ ਔਰ ਭਾਰਤ ਦਾ ਪਹਿਲਾ ਸੀਡੀਐਸ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ। ਟੀਵੀ ਸਕਰੀਨ 'ਤੇ ਇਹ ਲਾਈਵ ਤਸਵੀਰਾਂ ਸਾਡੇ ਦਰਸ਼ਕ ਵੇਖ ਸਕਦੇ ਨੇ। ਔਰ ਸੀਡੀਐਸ ਦੀਆਂ, ਕਿਉਂਕਿ ਪਹਿਲੀ ਵਾਰ ਸੀਡੀਐਸ ਦੀ ਨਿਯੁਕਤੀ ਕੀਤੀ ਗਈ ਹੈ, ਬਿਪਿਨ ਰਾਵਤ ਨੂੰ ਜ਼ਿੰਮੇਵਾਰੀ ਜੋ ਹੈ ਦਿੱਤੀ ਗਈ ਆ। ਔਰ ਇਸ ਨਾਲ ਜੁੜੀਆਂ ਹੋਈਆਂ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਵੀ ਸਾਹਮਣੇ ਆ ਰਹੀਆਂ ਨੇ ਕਿ ਆਖਿਰਕਾਰ ਸੀਡੀਐਸ ਹੋਣਗੇ ਤਾਂ ਕਿਸ ਤਰ੍ਹਾਂ ਦੇ ਹੁੰਦੇ ਨੇ, ਕਿਸ ਤਰ੍ਹਾਂ ਕਾਰਜਭਾਰ ਸੰਭਾਲਿਆ ਜਾਂਦਾ, ਕਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ, ਉਹਨਾਂ ਦੀ ਆਖਿਰਕਾਰ ਵਰਦੀ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਸ ਤਰ੍ਹਾਂ ਦਾ ਸਟਾਫ ਹੁੰਦਾ ਹੈ ਔਰ ਕੀ ਕੁਝ ਇਸ ਅਹੁਦੇ 'ਤੇ ਰਹਿੰਦੇ ਕੋਈ ਖਾਸ ਰਹਿੰਦਾ। ਜਨਰਲ ਬਿਪਿਨ ਰਾਵਤ ਬੁੱਧਵਾਰ ਨੂੰ ਦੇਸ਼ ਦੇ ਪਹਿਲੇ ਸੀਡੀਐਸ ਦੇ ਤੌਰ 'ਤੇ ਆਪਣਾ ਅਹੁਦਾ ਸੰਭਾਲਣ ਜਾ ਰਹੇ ਨੇ। 4-star ਜਨਰਲ ਰਾਵਤ ਨੂੰ ਦੇਸ਼ ਦਾ ਪਹਿਲਾ ਸੀਡੀਐਸ ਨਿਯੁਕਤ ਕੀਤਾ ਗਿਆ। ਰਾਵਤ ਦੇ ਜ਼ਿੰਮੇ ਤਿੰਨੋਂ ਸੈਨਾ ਨੇ, ਚਾਹੇ ਉਹ ਜਲ ਸੈਨਾ ਹੈ, ਥਲ ਸੈਨਾ ਹੈ, ਵਾਯੂ ਸੈਨਾ ਹੈ, ਇਹ ਤਿੰਨਾਂ ਸੈਨਾਵਾਂ ਦੀ ਜ਼ਿੰਮੇਦਾਰੀ ਹੋਏਗੀ। ਔਰ ਜਨਰਲ ਰਾਵਤ 31 ਦਸੰਬਰ ਨੂੰ ਆਰਮੀ ਚੀਫ ਅਹੁਦੇ ਤੋਂ ਦੱਸਦੀ ਹੈ ਕਿ ਰਿਟਾਇਰ ਹੋ ਚੁੱਕੇ ਨੇ, ਹੁਣ ਨਵੀਂ ਜ਼ਿੰਮੇਦਾਰੀ ਸੰਭਾਲਣ ਦੇ ਲਈ ਤਿਆਰ ਤਿਆਰ ਨੇ। ਦੇਸ਼ ਦੇ ਪਹਿਲੇ ਸੀਡੀਐਸ ਦਾ ਕਾਰਜਭਾਰ ਉਹਨਾਂ ਦੇ ਵੱਲੋਂ ਸੰਭਾਲਿਆ ਜਾਏਗਾ। ਦੇਸ਼ ਦਾ ਪਹਿਲਾ ਸੀਡੀਐਸ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ। ਥਲ ਸੈਨਾ, ਨੌ ਸੈਨਾ, ਵਾਯੂ ਸੈਨਾ ਦੇ ਨਾਲ ਜੁੜੇ ਹੋਏ ਕੰਮ ਉਹ ਸਾਂਭਣਗੇ। ਵਰਤਮਾਨ ਨਿਯਮ ਅਤੇ ਤਮਾਮ ਪ੍ਰਕਿਰਿਆਵਾਂ ਦੇ ਅਨੁਰੂਪ ਸੇਵਾਵਾਂ ਦੇ ਲਈ ਖਾਸ ਤੌਰ 'ਤੇ ਜੋ ਉਹਨਾਂ ਦੇ ਵੱਲੋਂ ਫੈਸਲੇ ਲਏ ਜਾ ਸਕਦੇ ਨੇ। ਅਹਿਮ ਹੋਏਗਾ ਕਿਉਂਕਿ ਜਦੋਂ ਕੋਈ ਵੀ ਆਫਿਸਰ ਚੁਣਿਆ ਜਾਂਦਾ ਹੈ ਜਾਂ ਫਿਰ ਪਰਸਨਲ ਕੋਈ ਵੀ ਚੁਣਿਆ ਜਾਂਦਾ ਤਾਂ ਉਸਦੇ ਲਈ ਸਭ ਤੋਂ ਜ਼ਿਆਦਾ ਅਟ੍ਰੈਕਸ਼ਨ ਪਾਰਟ ਹੁੰਦਾ ਉਸਦੀ ਵਰਦੀ, ਉਸਦੀ ਯੂਨੀਫਾਰਮ। ਸੀਡੀਐਸ ਦੀ ਯੂਨੀਫਾਰਮ ਅਤੇ ਕੈਪ 'ਤੇ ਸਭ ਦੀਆਂ ਨਜ਼ਰਾਂ ਵੀ ਟਿਕੀਆਂ ਹੋਈਆਂ ਨੇ ਕਿ ਆਖਿਰਕਾਰ ਉਹ ਕੀ ਰੁਤਬਾ ਹੋਏਗਾ, ਕਿਸ ਤਰ੍ਹਾਂ ਦੀ ਪਰਸਨੈਲਿਟੀ ਹੋਏਗੀ ਸੀਡੀਐਸ ਦੀ, ਆਖਿਰ ਸੀਡੀਐਸ ਦੀ ਵਰਦੀ ਕਿਸ ਤਰ੍ਹਾਂ ਦੀ ਹੁੰਦੀ ਹੈ, ਕੈਪ ਕਿਸ ਤਰ੍ਹਾਂ ਦੀ ਹੁੰਦੀ ਹੈ ਔਰ ਜੋ ਹੈ ਪਲੈਕ ਕਿਸ ਕਾਲਰ ਦਾ ਹੁੰਦਾ ਹੈ। ਤਾਂ ਟੀਵੀ ਸਕਰੀਨ 'ਤੇ ਅਸੀਂ ਲਾਈਵ ਤਸਵੀਰਾਂ ਦੇ ਰਾਹੀਂ ਉਹ ਦ੍ਰਿਸ਼ ਵੀ ਦਿਖਾ ਰਹੇ ਹਾਂ ਜਿੱਥੇ ਬਿਪਿਨ ਰਾਵਤ ਅਸੀਂ ਦੇਖ ਰਹੇ ਹਾਂ ਟੀਵੀ ਸਕਰੀਨ 'ਤੇ, ਔਰ ਤਮਾਮ ਜੋ ਅਫੀਸ਼ਲਸ ਨੇ ਉਹਨਾਂ ਦੇ ਨਾਲ ਹੀ ਮੌਜੂਦ ਨੇ। ਔਰ ਇਸ ਤੋਂ ਬਾਅਦ ਬਸ ਕੁਝ ਹੀ ਸਮੇਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਅਹੁਦਾ ਵੀ ਸੰਭਾਲਿਆ ਜਾਏਗਾ।